ਜਲੰਧਰ ਪੁਲਿਸ ਦੇ ਵੱਲੋਂ ਇੱਕ 4 ਮੈਂਬਰੇ ਗਰੋਹ ਦਾ ਪਰਦਾ ਫਾਸ਼ ਕੀਤਾ ਗਿਆ ਜੋ ਕਿ ਆਪਣੇ ਆਪ ਨੂੰ ਨਗਰ ਨਿਗਮ ਦੇ ਅਫਸਰ ਦੱਸਦੇ ਸੀ ਤੇ ਭੋਲੇ ਭਾਲੇ ਲੋਕਾਂ ਦੇ ਕੋਲੋਂ ਹਜ਼ਾਰਾਂ ਨਹੀਂ ਬਲਕਿ ਲੱਖਾਂ ਰੁਪਏ ਠੱਗਦੇ ਸੀ। ਤਾਂ ਅਜਿਹਾ ਹੀ ਇੱਕ ਮਾਮਲਾ ਹੁਣ ਪੁਲਿਸ ਦੇ ਧਿਆਨ ਦੇ ਵਿੱਚ ਆਉਂਦਾ ਜਦੋਂ ਇੱਕ ਆਮ ਵਿਅਕਤੀ ਦੁਆਰਾ ਚਤਰ ਸਿੰਘ ਦੁਆਰਾ ਆਪਣਾ ਘਰ ਬਣਾਇਆ ਜਾ ਰਿਹਾ ਹੁੰਦਾ ਤਾਂ ਉਸੇ ਗਰੋਹ ਦੇ ਦੁਆਰਾ ਉਸ ਚਤਰ ਸਿੰਘ ਨਾਂ ਦੇ ਵਿਅਕਤੀ ਨੂੰ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਨਗਰ ਨਿਗਮ ਦੇ ਅਫਸਰ ਨੇ ਅਤੇ ਜੋ ਉਸਦਾ ਘਰ ਪਾ ਰਹੇ ਆ ਉਹ ਲੀਗਲ ਨਹੀਂ ਆ, ਉਸ ਤੋਂ 10,000 ਰੁਪਏ ਦੀ ਰਿਸ਼ਵਤ ਮੰਗੀ ਜਾਂਦੀ ਹੈ। ਤਾਂ ਉਸ ਤੋਂ ਬਾਅਦ ਚਤਰ ਸਿੰਘ ਦੁਆਰਾ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਉਸਦੇ ਕੋਲ ਮੌਜੂਦਾ 10,000 ਰੁਪਏ ਨਹੀਂ ਹਨ। ਤਾਂ ਉਹ ਦੁਆਰਾ ਇਹ ਵਿਅਕਤੀ ਕਹਿੰਦੇ ਨੇ ਕਿ ਜੇਕਰ ਤੁਹਾਡੇ ਕੋਲ ਕੈਸ਼ ਨਹੀਂ ਆ ਤਾਂ ਸਾਨੂੰ ਗੂਗਲ ਪੇ ਜਾਂ ਪੇਟੀਐਮ ਭੇਜ ਦਿਓ, ਆਪਣਾ ਕਿਊ ਆਰ ਕੋਡ ਭੇਜ ਦਿੰਦੇ ਨੇ। ਤਾਂ ਉਸ ਤੋਂ ਬਾਅਦ ਅਗਲੇ ਦਿਨ ਉਸ ਚਤਰ ਸਿੰਘ ਵਿਅਕਤੀ ਦੁਆਰਾ ਉਹਨਾਂ ਜੋ ਗਿਰਾਓ ਆ ਉਸ ਨੂੰ ਬੁਲਾ ਲਿਆ ਜਾਂਦਾ ਇੱਕ ਜਗ੍ਹਾ 'ਤੇ, 5,000 ਰੁਪਏ ਦਿੱਤੇ ਜਾਂਦੇ ਨੇ ਅਤੇ ਨਾਲ ਦੀ ਨਾਲ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਂਟ ਕਰ ਦਿੱਤੀ ਜਾਂਦੀ ਆ। ਮੌਕੇ 'ਤੇ ਪੁਲਿਸ ਪ੍ਰਸ਼ਾਸਨ ਪਹੁੰਚ, ਜਿਨ੍ਹਾਂ ਨੇ ਕਿ ਉਸ ਸਾਰੇ ਗਰੋਹ ਦਾ ਪਰਦਾ ਫਾਸ਼ ਕੀਤਾ, ਉਹਨਾਂ ਨੂੰ ਗ੍ਰਿਫਤਾਰ ਕਰਕੇ ਹੁਣ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਮਿਲੀ ਸੀਗੀ, ਜਿਹਦੇ ਵਿੱਚ ਮੁਦਈ ਚਤਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਢਿਲਵਾ ਜਲੰਧਰ ਦਾ ਇਹਨੇ ਵਿਅਕਤੀ ਨੇ ਸਾਨੂੰ ਕੰਪਲੇਂਟ ਦਿੱਤੀ ਕਿ ਇਹ ਆਪਣਾ ਘਰ ਦੀ ਉਸਾਰੀ ਕਰ ਰਿਹਾ ਸੀਗਾ। ਉਹਦੇ ਵਿੱਚ ਪਰਸੋਂ ਦਿਨ ਕੁਝ ਵਿਅਕਤੀ ਇਹਦੇ ਘਰ ਆਏ ਜੋ ਕਿ ਆਪਣੇ ਆਪ ਨੂੰ ਮਿਊਂਸੀਪਲ ਕਾਰਪੋਰੇਸ਼ਨ ਦੇ ਫੀਲਡ ਆਫਿਸਰ ਦੱਸਦੇ ਹੋਏ ਉਹਨੂੰ ਦੱਸ ਕੇ ਗਏ ਕਿ ਤੇਰੇ ਘਰ ਦੀ ਉਸਾਰੀ ਜਿਹੜੀ ਹੈ ਗਲਤ ਤਰੀਕੇ ਨਾਲ ਕਰ ਰਹੇ, ਤੇਰੇ ਕੋਲ ਰਿਕੁਆਇਰਡ ਪਰਮਿਸ਼ਨਸ ਨਹੀਂ ਹਨ। ਉਸ ਵਕਤ ਇਸ ਜਿਹੜਾ ਚਤਰ ਸਿੰਘ ਸੀਗਾ ਉਹ ਘਰ ਹਾਜ਼ਰ ਨਹੀਂ ਸੀਗਾ ਤੇ ਉਹਦੇ ਫਾਦਰ ਨੂੰ ਇਹ ਵਿਅਕਤੀ ਆਪਣਾ ਫੋਨ ਨੰਬਰ ਦੇ ਗਏ ਤੇ ਉਹਨੂੰ ਕਹਿ ਕੇ ਗਏ ਕਿ ਸਾਨੂੰ ਇਸ ਨੰਬਰ ਦੇ ਉੱਤੇ ਕੰਟੈਕਟ ਕੀਤਾ ਜਾਵੇ। ਕੱਲ ਸਵੇਰੇ ਜਦੋਂ ਚਤਰ ਸਿੰਘ ਨੇ ਇਹਨਾਂ ਬੰਦਿਆਂ ਦੇ ਨਾਲ ਤਾਲਮੇਲ ਕਾਇਮ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਸਾਨੂੰ ਇਸ ਜਗ੍ਹਾ ਦੇ ਉੱਤੇ ਇਸ ਨੰਬਰ ਦੇ ਉੱਤੇ ਆ ਕੇ ਸਾਨੂੰ ਸ਼ਹਿਰ ਮਿਲ, ਉਹਨੇ ਦੱਸਿਆ ਕਿ ਮੈਂ ਆਪਣੀ ਵਾਈਫ ਨੂੰ ਲੈ ਕੇ ਦਾਦਾ ਹਸਪੀਟਲ ਪਠਾਨਕੋਟ ਚੌਂਕ ਜਾ ਰਿਹਾ ਹਾਂ ਤੇ ਉਹਨਾਂ ਨੇ ਇੱਕ ਅਰਜ ਉੱਥੇ ਕਾਹਲੀ ਪਾਈ ਕਿ ਸਾਨੂੰ ਇੱਥੇ ਹੀ ਅਸੀਂ ਆ ਜਾਂਦੇ ਹਾਂ, ਅਸੀਂ ਵੀ ਇਸੇ ਏਰੀਏ ਦੇ ਵਿੱਚ ਫਿਰ ਰਹੇ ਹਾਂ ਤੇ ਅਸੀਂ ਤੈਨੂੰ ਇੱਥੇ ਹੀ ਆ ਕੇ ਮੁਲਾਕਾਤ ਕਰਦੇ ਹਾਂ। ਜਦ ਇਹ ਵਿਅਕਤੀ ਚਤਰ ਸਿੰਘ ਨੂੰ ਮਿਲੇ ਤੇ ਉਹਨਾਂ ਨੇ ਉਹਨਾਂ ਨੂੰ ਡਰਾਇਆ ਧਮਕਾਇਆ ਤੇ ਕਿਹਾ ਕਿ ਤੇਰੇ ਕੋਲ ਰਿਕੁਆਇਰਡ ਪਰਮਿਸ਼ਨਸ ਨਹੀਂ ਹਨ ਉਸਾਰੀ ਕਰਨ ਦੀਆਂ, ਤੇਰੇ ਕੋਲ NOC ਨਹੀਂ ਹੈ ਡਿਪਾਰਟਮੈਂਟ ਦੀ, ਜਿਹਦੇ ਜੋ ਕਿ ਤੈਨੂੰ ਇੱਕ ਕਾਗਜ਼ ਪੱਤਰ ਪੂਰੇ ਕਰਨ ਵਾਸਤੇ 2-3 ਲੱਖ ਰੁਪਈਆ ਜਿਹੜਾ ਲੱਗੇਗਾ, ਪਰ ਕਿਉਂਕਿ ਤੇਰੇ ਕੋਲ ਇਹ ਕਾਗਜ਼ ਪੱਤਰ ਨਹੀਂ ਹਨ ਸੋ ਇਹ ਉਸਾਰੀ ਜਿਹੜੀ ਹੈ ਤੇਰੀ ਢਾ ਦਿੱਤੀ ਜਾਏਗੀ। ਜਿਹੜੀ ਕਿ ਇਹਨਾਂ ਚੋਂ ਇੱਕ ਲੜਕੀ ਜਿਹੜੀ ਸੀਗੀ ਮਿਸ਼ਟੀ ਨਾਮਕ, ਉਹਨੂੰ ਉਹਨਾਂ ਨੇ ਆਪਣਾ ਫੀਲਡ ਆਫਿਸਰ ਦੱਸਿਆ ਤੇ ਦੱਸਿਆ ਕਿ ਇਹਦੇ ਅੰਡਰ ਹੀ ਇਹ ਸਾਰਾ ਉਸਾਰੀ ਦਾ ਕਰਨ ਅਤੇ ਢਾਉਣ ਦਾ ਕੰਮ ਹੈ। ਸੋ ਹੁਣੇ ਆਰਡਰ ਅਸੀਂ ਇਹ ਮੈਡਮ ਨੇ ਕਰ ਦਿੱਤੇ ਤੇ ਤੇਰਾ ਸ਼ਾਮ ਤੱਕ ਹੀ ਅਸੀਂ ਇਹ ਸਾਰੀ ਉਸਾਰੀ ਢਾ ਦੇਣੀ ਹੈ। ਉੱਥੇ ਇਹਨਾਂ ਨੇ ਉਹਦੇ ਕੋਲੋਂ 10,000 ਰੁਪਏ ਦੀ ਮੰਗ ਕੀਤੀ ਕਿ ਸਾਨੂੰ 10,000 ਰੁਪਈਆ ਦੇ ਤੇ ਤੇਰਾ ਮਸਲਾ ਇੱਥੇ ਹੀ ਰਫਾ ਦਫਾ ਕਰ ਦਿੰਦੇ ਹਾਂ। ਜਿਹੜਾ ਕਿ ਮੁਦਈ ਚਤਰ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਮੇਰੇ ਕੋਲ ਇਹ ਅਮਾਊਂਟ ਤਾਂ ਇਸ ਟਾਈਮ ਪ੍ਰੈਜ਼ੈਂਟ ਨਹੀਂ ਹਨ। ਉਹਨਾਂ ਨੇ ਆਪਣੇ ਫੋਨ ਤੋਂ ਪੇਟੀਐਮ ਦਾ ਜਿਹੜਾ ਸਕੈਨਰ ਹੁੰਦਾ ਹੈ ਉਹ ਇਹਨਾਂ ਨੂੰ ਵਟਸਐਪ ਕੀਤਾ ਤੇ ਕਿਹਾ ਕਿ ਜੇਕਰ ਤੇਰੇ ਕੋਲ ਕੈਸ਼ ਅਵੇਲੇਬਲ ਨਹੀਂ ਹੈ ਤੇ ਸਾਨੂੰ ਆਨਲਾਈਨ ਹੀ ਇਹਦੀ ਪੇਮੈਂਟ ਕਰ ਦਿੱਤੀ ਜਾਵੇ। ਮੁਦਈ ਨੇ ਉਹਨਾਂ ਨੂੰ ਦੱਸਿਆ ਕਿ ਮੇਰੇ ਕੋਲ ਕੈਸ਼ ਵੀ ਨਹੀਂ ਹੈ, ਆਨਲਾਈਨ ਵੀ ਨਹੀਂ ਮੈਂ ਪੇ ਕਰ ਸਕਦਾ, ਮੈਨੂੰ ਕੁਝ ਸਮਾਂ ਦਿੱਤਾ ਜਾਵੇ ਤਾਂ ਜੋ ਮੈਂ ਘਰੋਂ ਜਾ ਕੇ ਇਹ ਅਮਾਊਂਟ ਲੈ ਕੇ ਆ ਜਾਵਾਂ। 2 ਦਿਨ ਦਾ ਹੀ, ਇੱਕ ਦਿਨ ਤੋਂ ਪਹਿਲਾਂ ਉਹਨੂੰ ਜਦੋਂ ਘਰੇ ਉਹਨੂੰ ਮੈਸੇਜ ਦੇ ਕੇ ਗਏ ਨੇ ਤੇ ਨੈਕਸਟ ਡੇ ਦੀ ਕੱਲ ਦੀ ਇਹ ਸਾਰੀ ਗੱਲਬਾਤ ਹੈ। ਮੈਂ ਉਹੀ ਦੱਸ ਰਿਹਾ ਨਾ, ਜਦੋਂ ਉਹ ਘਰੋਂ ਪੈਸੇ ਲੈ ਕੇ ਆਇਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਲਾਰੈਂਸ ਸਕੂਲ ਲਾਗੇ ਅਕਸ਼ਰਧਾਮ ਮੰਦਿਰ ਦੇ ਲਾਗੇ ਮਿਲਿਆ ਤੇ ਉਹਨੇ ਇਹ ਆਪਣੀ ਮੁਸੀਬਤ ਉਹਦਾ ਸਾਹਮਣੇ ਰੱਖੀ ਕਿ ਮੇਰੇ ਕੋਲ ਪੈਸੇ ਅਦਾਇਗੀ ਕਰਨ ਦੇ ਵਾਸਤੇ ਮੈਂ ਸਕਸ਼ਮ ਨਹੀਂ ਹਾਂ ਤਾਂ ਉਹਨੇ ਸਿਰਫ ਤੇ ਸਿਰਫ 5,000 ਰੁਪਈਆ ਹੀ ਉਹਨਾਂ ਨੂੰ ਕਿਹਾ ਕਿ ਸਾਨੂੰ ਦੇ ਰਹੇ ਤੇ ਤੇਰਾ ਮਸਲਾ ਇੱਥੇ ਹੀ ਰਫਾ ਦਫਾ ਕਰਦੇ ਹਾਂ। ਜਦੋਂ ਇਹ ਗੱਲਬਾਤ ਹੋ ਰਹੀ ਸੀਗੀ ਤੇ ਮੁਦਈ ਨੂੰ ਇਹਨਾਂ ਦੀ ਗੱਲਾਂ ਬਾਤਾਂ ਤੋਂ ਇਹਨਾਂ ਤੇ ਸ਼ੱਕ ਹੋਣਾ ਸ਼ੁਰੂ ਹੋਇਆ। ਉਹਨੇ 5,000 ਰੁਪਏ ਤੇ ਇਹਨਾਂ ਨੂੰ ਅਦਾ ਕਰ ਦਿੱਤੇ, ਲੇਕਿਨ ਨਾਲ ਹੀ ਉੱਥੇ ਜਿਹੜੀ ਸਾਡੀ PCR ਸੀਗੀ
ਉਹਨੂੰ ਇਨਫੋਰਮ ਕੀਤਾ, ਜੋ ਪੀਸੀਆਰ ਨੇ ਤੁਰੰਤ ਮੌਕੇ ਤੇ ਆ ਕੇ ਇਹ ਚਾਰੋ ਜਿਹੜੇ ਵਿਅਕਤੀ ਸੀਗੇ ਨਾਲ ਹੀ ਸਾਡਾ ਮੁਦਈ ਇਹ ਸਾਰਿਆਂ ਨੂੰ ਲੈ ਕੇ ਥਾਣੇ ਆ ਗਏ। ਥਾਣੇ ਆ ਕੇ ਜਦੋਂ ਇਹਨਾਂ ਦੇ ਕੋਲੋਂ ਪੁੱਛ ਪੜਤਾਲ ਕੀਤੀ ਗਈ ਤੇ ਸਮਝ ਆਇਆ ਕਿ ਇਹ ਜਿਹੜੇ ਚਾਰ ਵਿਅਕਤੀ ਨੇ ਇਹ ਕਿਸੇ ਵੀ ਸਰਕਾਰੀ ਡਿਪਾਰਟਮੈਂਟ ਮਿਊਨਸੀਪਲ ਕਾਰਪੋਰੇਸ਼ਨ ਨਾਲ ਸੰਬੰਧਿਤ ਨਹੀਂ ਹਨ। ਇਹਨਾਂ ਕੋਈ ਰਾਈਟ ਨਹੀਂ ਸੀਗੀ ਕਿ ਇਹ ਕਿਸੇ ਵੀ ਵਿਅਕਤੀ ਕੋਲ ਜਾ ਕੇ ਉਹਦੇ ਕੋਲੋਂ ਇਹੋ ਜਿਹੀ NOC ਬਾਰੇ ਜਾਂ ਕੋਈ ਵੀ ਉਹਦੀ ਉਸਾਰੀ ਬਾਰੇ ਗੱਲਬਾਤ ਕਰਨ। ਇਹ ਸਿਰਫ ਤੇ ਸਿਰਫ ਉਹਨੂੰ ਠੱਗਣਾ ਚਾਹੁੰਦੇ ਸਨ, ਉਹਨੂੰ ਡਰਾ ਧਮਕਾ ਕੇ ਉਹਦੇ ਕੋਲ ਪੈਸੇ ਕਢਵਾਉਣਾ ਚਾਹੁੰਦੇ ਸਨ। ਨਾਲ ਦੀ ਨਾਲ ਇਹ ਵੀ ਗੱਲ ਸਾਹਮਣੇ ਆਈ ਕਿ ਇਹਨਾਂ ਵਿੱਚੋਂ ਜਿਹੜੇ 3 ਵਿਅਕਤੀ ਨੇ ਉਹ ਪ੍ਰੈਸ ਰਿਲੇਟਡ ਵਿਅਕਤੀ ਨੇ। ਉਹ ਪ੍ਰੈਸ ਦੇ ਵਿੱਚ ਆਪਣਾ ਉਹਨਾਂ ਨੇ ਚੈਨਲ ਬਣਾਇਆ ਹੋਇਆ ਸੀਗਾ, ਵੈਬ ਪੋਰਟਲ ਜਿਹਨੂੰ ਕਹਿੰਦੇ ਆ, ਆਪਣੇ ਆਪ ਵੀਡੀਓਜ਼ ਬਣਾਉਂਦੇ ਸੀਗੇ, ਵੀਡੀਓਜ਼ ਬਣਾ ਕੇ ਅਪਲੋਡ ਕਰਦੇ ਸੀਗੇ। ਇਸ ਕਰਕੇ ਉਹਨਾਂ ਨੂੰ ਸਰਕਾਰੀ ਡਿਪਾਰਟਮੈਂਟਸ ਦੀ ਨੌਲੇਜ ਵੀ ਸੀਗੀ, ਥੋੜਾ ਆਈਡੀਆ ਸੀਗਾ ਕਿ ਕਿੱਦਾਂ ਡਿਪਾਰਟਮੈਂਟਸ ਕੰਮ ਕਰਦੇ ਨੇ, ਕਿਹੜੀਆਂ NOCs ਚਾਹੀਦੀਆਂ ਹੁੰਦੀਆਂ ਨੇ, ਕਿਹੜੀਆਂ ਪਰਮਿਸ਼ਨਸ ਚਾਹੀਦੀਆਂ ਹੁੰਦੀਆਂ ਨੇ। ਇਸ ਕਰਕੇ ਹੀ ਉਹਨਾਂ ਦੇ ਅਦਾਰੇ ਦੇ ਉੱਤੇ ਹੀ ਇਹ ਉਹਨੂੰ ਡਰਾਉਂਦੇ ਧਮਕਾਉਂਦੇ ਰਹੇ। ਜਿਹੜੇ ਜਦੋਂ ਇਹ ਗੱਲ ਸਾਰੀ ਪੁੱਛਗਿੱਛ ਵਿੱਚ ਸਾਹਮਣੇ ਆਈ ਤਾਂ ਇਹ ਗੱਲ ਸਾਹਮਣੇ ਆਈ ਕਿ ਇਹ ਕਿਸੇ ਵੀ ਡਿਪਾਰਟਮੈਂਟ ਰਿਲੇਟਡ ਨਹੀਂ ਹਨ, ਇਹ ਪ੍ਰਾਈਵੇਟ ਬੰਦੇ ਹਨ ਜਿਹੜਾ ਡਿਪਾਰਟਮੈਂਟ ਦੀ ਇੰਪਰਸਨੇਸ਼ਨ ਕਰਕੇ ਉਹਨਾਂ ਦੀ ਆਈਡੈਂਟੀ ਦਾ ਫਾਇਦਾ ਚੁੱਕਦੇ ਹੋਏ ਇਸ ਉਸ ਬੰਦੇ ਤੋਂ ਠੱਗੀ ਮਾਰਨਾ ਚਾਹੁੰਦੇ ਸਨ। ਚੌਥਾ ਬੰਦਾ ਦਾ ਜਿਹੜਾ ਇਹਨਾਂ ਦਾ ਜਾਣਕਾਰੀ ਹੈ ਜੀ, ਜਿਹਦਾ ਮੇਨ ਪਰਪਸ ਇਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਬਾਈਕ ਵਗੈਰਾ ਜਿਹੜਾ ਸਬਮਿਟ ਕਰਾ ਦਿੰਦਾ ਸੀਗਾ, ਦੇ ਦਿੰਦਾ ਸੀਗਾ, ਇੱਕ ਥੋੜੇ ਜਿਹੇ ਵਿਅਕਤੀ ਜ਼ਿਆਦਾ ਕਰਨ ਲਈ ਕਿ ਜ਼ਿਆਦਾ ਦਿਖਾਉਣ ਦੀ ਕਿ ਅਸੀਂ ਡਿਪਾਰਟਮੈਂਟ ਤੋਂ ਆਏ ਹਾਂ, ਥੋੜਾ ਸਿਹਤ ਵੱਲੋਂ ਚੰਗਾ ਹੈ ਤੇ ਉਹਨੂੰ ਦਿਖਾਉਣ ਦੀ ਕਿ ਇਹ ਉਸਾਰੀ ਦਾ ਕੰਮ ਢਾਉਣ ਵਾਸਤੇ ਆ, ਦੇਖੋ ਜੀ ਸਾਡੇ ਆਏ ਨੇ ਇੰਸਪੈਕਟਰ ਆਏ ਨੇ, ਫੀਲਡ ਅਫਸਰ ਆਏ ਨੇ, ਇਹਨਾਂ ਦੇ ਨਾਲ ਇਹ ਬੰਦੇ ਦੂਸਰੇ ਨੇ, ਇਸੇ ਕਰਕੇ ਉਹਨਾਂ ਦੇ ਨਾਲ ਟਾਈ ਅਪ ਸੀਗਾ। ਨਹੀਂ, ਇਹੋ ਜਿਹਾ ਹਜੇ ਕੁਛ ਵੀ ਇਹਨਾਂ ਕੋਲ ਇਹੋ ਜਿਹੀ ਚੀਜ਼ ਬਰਾਮਦ ਨਹੀਂ ਹੋਈ, ਤਾਂ ਹੀ ਇਸ ਗੱਲ ਦਾ ਇਹ ਸ਼ੱਕ ਪੈਦਾ ਹੋਇਆ ਸੀਗਾ ਕਿ ਇਹ ਕਿਸ ਆਧਾਰ ਦੇ ਉੱਤੇ ਉਹਨਾਂ ਕੋਲ ਪੈਸੇ ਦੀ ਡਿਮਾਂਡ ਕਰ ਰਹੇ ਨੇ। ਇਸ ਕਰਕੇ ਇਹਨਾਂ ਦੇ ਉੱਤੇ ਜਿਹੜੀ ਹੈਗੀ ਹੈ FIR ਰਜਿਸਟਰ ਕੀਤੀ ਗਈ ਹੈ ਅੰਡਰ ਸੈਕਸ਼ਨ 384 ਐਕਸਟੋਰਸ਼ਨ ਜਿਹਨੂੰ ਕਹਿੰਦੇ ਆ, 419, 420 ਜਿਹਦੇ ਵਿੱਚ ਇੰਪਰਸਨੇਸ਼ਨ ਤੇ ਚੀਟਿੰਗ ਅਤੇ 34 ਕਿਉਂਕਿ ਇਹ ਗਰੋਹ ਬਣਾ ਕੇ ਇਹ ਕੰਮ ਕਰ ਰਹੇ ਸੀ। ਇਨੀਸ਼ੀਅਲ ਪੁੱਛਗਿੱਛ ਵਿੱਚ ਇਹ ਵੀ ਗੱਲ ਸਾਹਮਣੇ ਆਈ ਕਿ ਪਿਛਲੇ ਕੁਛ ਦਿਨਾਂ ਦੇ ਵਿੱਚ ਇਹਨਾਂ ਨੇ ਪਰਮਜੀਤ ਪੁੱਤਰ ਕਸ਼ਮੀਰ ਸਿੰਘ ਜੋ ਕਿ ਲੱਦੇਵਾਲੀ ਜਲੰਧਰ ਦਾ ਰਹਿਣ ਵਾਲਾ, ਉਹ ਵੀ ਸਿਮਿਲਰਲੀ ਆਪਣੇ ਮਕਾਨ ਦੀ ਉਸਾਰੀ ਦਾ ਕੰਮ ਕਰ ਰਿਹਾ ਸੀਗਾ ਤੇ ਉਹਦੇ ਕੋਲੋਂ 2500 ਰੁਪਏ ਦੀ ਠੱਗੀ ਇਹਨਾਂ ਨੇ ਪਹਿਲਾਂ ਇਨੀਸ਼ੀਅਲੀ ਮਾਰੀ ਹੈ। ਸਿਮਿਲਰਲੀ ਗਦਈਪੁਰ ਤੋਂ 8 ਤਰੀਕ ਨੂੰ ਨਵੇਂ ਬਣੇ ਹੋਏ ਘਰ ਦੀ ਉਸਾਰੀ ਦਾ ਵਿੱਚ ਵੀ ਇਹਨਾਂ ਨੇ ਇੱਦਾਂ ਹੀ ਜਾ ਕੇ ਵਿਘਨ ਪਾਇਆ, ਉਹਨਾਂ ਕੋਲ ਪੈਸੇ ਦੀ ਡਿਮਾਂਡ ਕੀਤੀ ਤੇ ਉਹਨਾਂ ਕੋਲੋਂ 4000 ਰੁਪਇਆ ਇਹ ਉਹਨਾਂ ਕੋਲ ਠੱਗੀ ਮਾਰ ਕੇ ਲਿਆਏ ਨੇ। ਮੈਂ ਇੱਥੇ ਦੱਸਣਾ ਚਾਹਾਂਗਾ ਕਿ 4 ਜਣੇ ਨੇ ਪ੍ਰਾਈਮ ਵਸਾਈ, ਇਹਨਾਂ ਦੀ ਪੁੱਛਗਿੱਛ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਨੇ ਮੈਂ ਪ੍ਰੈਸ ਦੇ ਨਾਲ ਸ਼ੇਅਰ ਕੀਤੀਆਂ ਨੇ। ਅੱਜ ਇਹਨਾਂ ਦਾ ਰਿਮਾਂਡ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੈਕਸੀਮਮ ਰਿਮਾਂਡ ਲਿਆ ਜਾਵੇ ਤੇ ਇਹਨਾਂ ਨੇ ਜਲੰਧਰ ਸ਼ਹਿਰ ਦੇ ਵਿੱਚ ਹੋਰ ਕਿੱਥੇ ਕਿੱਥੇ ਇਹ ਠੱਗੀਆਂ ਮਾਰੀਆਂ ਨੇ ਜਾਂ ਲੋਕਾਂ ਨੂੰ ਡਰਾਇਆ ਧਮਕਾਇਆ, ਉਹ ਚੀਜ਼ਾਂ ਜਦੋਂ ਸਾਹਮਣੇ ਆਉਣਗੀਆਂ ਅਸੀਂ ਪ੍ਰੈਸ ਦੇ ਨਾਲ ਸ਼ੇਅਰ ਕਰਾਂਗੇ।